ਕਿ ਤੁਸੀਂ ਤਾਂ ਆਦੇ ਅਸੀਂ ਆਮ ਲੋਕਾਂ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੂੰ ਬਚਾਉਣ ਆਏ ਹਾਂ ਫਿਰ ਇੱਧਰ ਝਾਤੀ ਮਾਰ ਲਓ ਜਿਹੜੇ 2-2 ਸਾਲ ਸਾਲ-ਸਾਲ ਪੈਸਾ ਵਰਤ ਕੇ ਕਹਿ ਦਿੰਦੇ ਐ ਇੰਨੇ ਲੈ ਲੈ ਲੈਣੇ ਆ ਤਾਂ ਨਹੀਂ ਜਾਵੜਾ ਕਰ ਲਾ ਜਿਹੜਾ ਕੁਝ ਕਰਨਾ ਕਟਾ ਦੇ ਪਰਚਾ ਅਸੀਂ ਤਾਂ ਇੰਨੇ ਦੇਣੇ ਆ ਨਹੀਂ ਲੱਗੀ ਫੈਲ ਇੰਨੀ ਜੁਰਤ ਨਹੀਂ ਵੀ ਪਰਚਾ ਹੋ ਜਾਊਗਾ ਪਰਚਾ ਕੱਟ ਦੇਣਗੇ ਤੇ ਜੇ ਕੱਟਣਗੇ ਤਾਂ ਮਾੜਾ ਮੋਟਾ ਕੱਟਦੇ ਐ ਵੀ ਮਹੀਨੇ 20 ਦਿਨਾਂ ਚ ਬਾਹਰ ਆ ਜਾਣ ਤੂੰ ਉਦੋਂ ਕੱਟਦੇ ਕਿਉਂ ਨਹੀਂ ਕੀ ਲੱਗਦਾ ਵੀ ਕਾਦੀ ਚੇਪ ਐ ਫਿਰ ਇਹੀ ਆ ਵੀ ਮਹੀਨੇ ਜਾਂਦੇ ਆ ਸਰਕਾਰਾਂ ਤੱਕ ਜਾਂਦੇ ਆ ਇਹੀ ਆ ਪਿਛਲੇ ਸਮੇਂ ਦੇ ਵਿੱਚ ਆਜੰਟ ਨੇ ਇੱਕ ਨੇ ਕਰੋੜਾਂ ਰੁਪਈਆ ਦੀ ਠੱਗੀ ਮਾਰੀ। ਉਹਦੇ ਤੇ ਮਾੜੀ-ਮੋਟੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਤਾ ਤੇ ਜੇਲ੍ਹ ਦੇ ਵਿੱਚ ਕੀ ਉਹ ਪਰਿਵਾਰ ਨੂੰ ਪੈਸਾ ਮਿਲ ਗਿਆ? ਜਿਹੜਾ ਤੁਸੀਂ ਆਦਿਆਂ ਬੀਏ ਦੇ ਸੀ ਗੋਰੇ ਆਉਣਗੇ ਇੱਥੇ। ਇੱਥੇ ਕੋਈ ਨੌਜਵਾਨੀ ਪੰਜਾਬੀ 18 ਸਾਲ 17 ਸਾਲ ਵਾਲਾ ਤੁਸੀਂ ਦੇਖਿਆ ਵੀ ਕਿਤੇ ਉਹਨੂੰ ਲੈਂਡ ਦੇ ਵਿੱਚ ਖੜਾ ਹੋਵੇ ਮੈਂ ਰਜਗਾਰ ਲੈਂਡ ਚੱਲਿਆ ਜਾਂ ਮੈਨੂੰ ਰਜਗਾਰ ਮਿਲ ਗਿਆ। ਆਣਾ ਸੋਚੋ ਵੀ ਕਿਲਾ ਵੇਚਦਾ ਦੋ ਕਿਲੇ ਵੇਚਦਾ ਜਾਵੜਾ ਕੈਨੇਡਾ, ਜਾਵੜਾ ਅਮਰੀਕਾ, ਜਾਵੜਾ ਆਸਟ੍ਰੇਲੀਆ, ਜਾਵੜਾ ਨਿਊਜ਼ੀਲੈਂਡ। ਉੱਥੇ ਕਿਹੜਾ ਹਵਾਈ ਜਹਾਜ਼ ਜਦੋਂ ਸਾਡਾ ਬੱਚਾ ਉਤਰਦਾ ਵੀ ਉੱਥੇ ਧੱਗ ਲੱਗੀ ਪਈ ਹੈ ਵੀ ਜਾ ਕੇ ਉਹਨੇ ਘਟਾ ਹੀ ਭਰ ਲੈਣਾ ਕਿਤੇ ਰੇਲਵੇ ਚ ਭਰਤੀ ਸੁਣੀ ਹੈ ਕਿਉਂਕਿ ਪ੍ਰਾਈਵੇਟ ਕਰਤੀ ਕਿਤੇ 에어ਪੋਰਟ ਚ ਭਰਤੀ ਸੁਣੀ ਹੈ ਕਿਉਂਕਿ ਪ੍ਰਾਈਵੇਟ ਕਰਤਾ ਭਰਤੀ ਸਾਰਾ ਕੁਝ ਤੇ ਵੇਚ ਰਹੇ ਆ ਹੌਲੀ ਹੌਲੀ ਤੇ ਆ ਹੁਣ ਸਾਡੀ ਅੱਖ ਆ ਗਈ ਇਹਨਾਂ ਦੀ ਆ ਜ਼ਮੀਨਾਂ ਤੇ ਸਾਨੂੰ ਐਂ ਕਹਿ ਦਿੰਦੇ ਸੀ ਵੀ ਯਾਰ 5 10 ਪੜ੍ਹ ਲੈ ਨਹੀਂ ਖੇਤੀ ਕਰ ਲਈ ਅੱਜ ਕੋਈ ਆਏ ਆ ਦਾ ਅੱਜ ਕਿਲਾ ਕਿਲਾ ਵੇਚ ਕੇ ਕਿ ਉਧਰ ਨੂੰ ਤੁਰੇ ਜਾਂਦੇ ਆ ਨਾ ਇਹ ਸਰਕਾਰਾਂ ਚਾਹੁੰਦੀਆਂ ਪੀ ਸਾਡੇ ਨੌਜਵਾਨ ਇੱਥੇ ਰਹਿਣ ਨਾ ਇਹ ਪੰਜਾਬ ਦੀ ਮਿੱਟੀ ਆ ਜਿਹੜੀ ਖੁਸ਼ਹਾਲੀ ਧਰਤੀ ਇਹਨੂੰ ਕਿਵੇਂ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਵੇ ਉਹ ਸਾਲ ਭਰ ਪੈਸਾ ਵਰਤ ਕੇ ਮੁੜ ਕੇ ਕਹਿੰਦੇ ਯਾਰ ਖੀ ਤੋਂ ਪੰਜ ਲੈ ਲੈ ਸਾਡੇ ਲੋਕ ਕੀ ਕਰਦੇ 40 ਹਜ਼ਾਰ ਆਉਣ ਦੇ ਜਾਂਦੇ ਚੋਰ ਦੀ ਪਾਕੀ ਸੀ ਪੰਜ ਐ ਨਹੀਂ ਸੋਚਦੇ ਵੀ ਇਹਦਾ ਉਹਨਾਂ ਨੂੰ ਰਾਹ ਬਣਾ ਰਹੇ ਨੇ ਲੁੱਟ ਦਾ ਉੱਥੇ ਸਾਡੇ ਲੋਕ ਐਗਰੀਮੈਂਟ ਦੇ ਵਿੱਚ ਇਹੋ ਜਿਹੀਆਂ ਸ਼ਰਤਾਂ ਲਿਖ ਦਿੰਦੇ ਆ ਜਿੱਥੇ ਬਾਅਦ ਦੇ ਵਿੱਚ ਏਜੰਟਾਂ ਨੂੰ ਠੱਗੀ ਮਾਰਨ ਦੇ ਵਿੱਚ ਸਫਲ ਹੋ ਜਾਂਦੇ ਆ ਵੀ ਆਹ ਵੇਖੋ ਯਾਰ ਤੁਸੀਂ ਐਗਰੀਮੈਂਟ ਕੀਤਾ ਸੀ ਕਿ ਜੇ ਸਾਡੀ ਫੇਲ ਨਾਲ ਲੱਗੂਗੀ ਤਾਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਏਜੰਟਾਂ ਦਾ 70% ਪੰਜਾਬ ਨੂੰ ਲੁੱਟ ਕਰ ਰਹੇ ਨੇ ਇਹਨਾਂ ਦਾ ਕਿਸੇ ਦਾ ਜ਼ਬਤ ਕੀਤਾ ਜਾਂਦਾ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰੋ ਸਾਰਾ ਪੈਸਾ ਸਮੇਤ ਵਿਆਜ ਦੁੱਗਣਾ ਉਸ ਜਿਨ੍ਹਾਂ ਦਾ ਪੈਸਾ ਕਿਸਾਨਾਂ ਮਜ਼ਦੂਰਾਂ ਦਾ ਲੱਗਿਆ ਹੁੰਦਾ ਉਹਨਾਂ ਨੂੰ ਵਾਪਸ ਕਰਾਓ ਲੋਕਵਾਜ ਟੀਵੀ ਨਾਲ ਜੁੜੇ ਤੁਸੀਂ ਮਾਇਆ ਹਮਤਾਜ ਪੰਜਾਬ ਸਾਰਾ ਵਿਦੇਸ਼ੀ ਵੱਲ ਜਾ ਰਿਹਾ ਉਹ ਸਾਰਿਆਂ ਨੂੰ ਪਤਾ ਕੋਈ ਕੈਨੇਡਾ ਜਾਣਾ ਚਾਹੁੰਦਾ ਕੋਈ ਚਲਿਆ ਗਿਆ ਕੋਈ ਅਮਰੀਕਾ ਜਾਣਾ ਸਾਰੇ ਵਕਤ ਵਿਦੇਸ਼ਾਂ ਵਿੱਚ ਪੰਜਾਬ ਜਾ ਰਿਹਾ ਪਰ ਉਹਦੇ ਨਾਲ ਇੱਕ ਵੱਡੇ ਪੱਧਰ ਤੇ ਪੰਜਾਬੀਆਂ ਨਾਲ ਠੱਗੀਆਂ ਵੱਜ ਰਹੀਆਂ ਨੇ ਪੰਜਾਬੀਆਂ ਦੀਆਂ ਜ਼ਮੀਨਾਂ ਵਿਕ ਰਹੀਆਂ ਨੇ ਉਹਦਾ ਕਾਰਨ ਬਾਹਰ ਜਾਣਾ ਨਹੀਂ ਉਹਦਾ ਕਾਰਨ ਆ ਕਿ ਬਾਹਰ ਜਾਣਾ ਚਾਹੁੰਦੇ ਆ ਪਰ ਹਜੇ ਗਏ ਨਹੀਂ ਤੇ ਸਾਰਾ ਕੁਝ ਗਵਾ ਬੈਠਿਆ ਜਿਹਾਂ ਘਟਨਾ ਹੁੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਜਿਹੜੇ ਉਹਦੇਦਾਰ ਬਿੱਟੂ ਮੱਲਨਗਰਾਂ ਤੁਸੀਂ ਅਕਸਰ ਸੁੰਦਰ ਰੈਣੀ ਉਹਨਾਂ ਦੀ ਗੱਲਾਂ ਉਹਨਾਂ ਦੇ ਕੋਲੇ ਬਹੁਤ ਅਜਿਹੇ ਕੇਸ ਆਉਂਦੇ ਨੇ ਉਹ ਸਲਝਾਉਂਦੇ ਨੇ ਕਿ ਕਿਵੇਂ ਏਜੰਟ ਠੱਗੀਆਂ ਮਾਰਦੇ ਆ ਕਿ ਕਿਵੇਂ ਲੋਕ ਲੋਕਾਂ ਠੱਗੀਆਂ ਮਾਰੇ ਸਾਰੀ ਗੱਲਬਾਤ ਕਰਦੇ ਆ ਬਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਭ ਤੋਂ ਪਹਿਲਾਂ ਵੀ ਏਜੰਟ ਜਿਹੜੀਆਂ ਠੱਗੀਆਂ ਮਾਰਦੇ ਆ ਤੁਹਾਡੇ ਕੋਲੇ ਕੇਸ ਅਕਸਰ ਆਉਂਦੇ ਰਹਿੰਦੇ ਕਿਵੇਂ ਠੱਗੀਆਂ ਮਾਈਂਦੀਆਂ ਲੋਕਾਂ ਦੇ ਨਾਲ ਸਾਡੇ ਕੋਲੇ ਅਕਸਰ ਕੇਸ ਤਾਂ ਤੁਸੀਂ ਜੀ ਮੇਰੇ ਹਿਸਾਬ ਨਾਲ ਤਾਂ 70% ਪੰਜਾਬ ਦੇ ਵਿੱਚ ਇਹ ਕੇਸ ਹੋਣੇ ਆ ਜਿਹੜੇ ਲੋਕ ਦਰਦ ਦਰਦੀਆਂ ਠੋਕਰਾਂ ਖਾਂਦੇ ਫਿਰਦੇ ਨੇ ਕਾਰਨ ਕੀ ਹੁੰਦਾ ਜਥੇਬੰਦੀ ਦੇ ਵਿੱਚ ਰਜਾਈਵੇਂ ਵੱਡੇ ਹੁੰਦੇ ਹੈਗੇ ਤੇ ਉਸ ਤਰ੍ਹਾਂ ਦੇ ਕੇਸਾਂ ਤੇ ਪਹੁੰਚਿਆ ਨਹੀਂ ਜਾਂਦਾ ਪਰ ਕਈ ਕੇਸ ਇਹੋ ਜਿਹੇ ਆਉਂਦੇ ਆ ਜਿੱਥੇ ਸਾਰਾ ਪਰਿਵਾਰ ਦਾ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਜਾਂਦਾ ਮਾਨਸਿਕ ਤੌਰ ਤੇ ਵੀ ਹੋ ਜਾਂਦਾ ਤੇ ਕਈ ਵਾਰੀ ਪਰਿਵਾਰਕ ਤੌਰ ਤੇ ਵੀ ਸਾਨੂੰ ਲੱਗਦਾ ਵੀ ਇਸ ਪਰਿਵਾਰ ਦਾ ਨੁਕਸਾਨ ਹੋਊਗਾ ਉੱਥੇ ਅਸੀਂ ਖੜਦੇ ਵੀ ਆਂ ਕਈ ਵਾਰੀ ਜੱਥੇਬੰਦੀ ਦੇ ਵੱਡੇ ਵੱਡੇ ਧਰਨੇ ਹੁੰਦੇ ਆਗੇ ਮਜਾਰੇ ਹੁੰਦੇ ਆਗੇ ਉਧਰ ਅਸੀਂ ਰਜੇਮਿਆਂ 'ਚ ਹੁੰਨੇ ਆ ਅਸੀਂ ਤਾਂ ਪਹਿਲੀ ਗੱਲ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਬਾਹਰ ਜਾਣ ਦੀ ਬਜਾਏ ਇੱਥੇ ਆਪਦੇ ਹੱਕ ਲੈਣਾ ਸਿੱਖੋ ਇੱਥੇ ਹੱਕ ਤੇ ਸੱਚ ਦੀ ਲੜਾਈ ਲੜੋ ਤੇ ਆਪਾਂ ਉਹਦਾ ਰਜਗਾਰ ਦਾ ਪ੍ਰਬੰਧ ਕਰੀਏ ਇੱਥੇ ਲੜੀਏ ਹੁਣ ਤੁਸੀਂ ਦੇਖੋ 70% ਏਜੰਟ ਕੋਈ ਮੈਂ ਇਹ ਨਹੀਂ ਆਦਾ ਵੀ 0% ਆ ਵੀ ਸਾਰੇ ਚੋਰ ਨੇ ਠੀਕ ਹੈ ਹੋ ਸਕਦਾ ਪੰਜੇ ਉਂਗਲਾਂ ਇੱਕੋ ਜਿਗਾਂ ਨਹੀਂ ਹੁੰਦੀਆਂ ਕੋਈ 100 ਚੋਂ ਕਿਸੇ ਨੇ ਕੋਈ 60 70 ਵੀਜੇ ਲਵਾਤੇ ਹੋਣ ਕੋਈ 20 ਨਹੀਂ ਲੱਗੇ ਤੇ ਆਮ ਤੌਰ ਤੇ 70% ਪੰਜਾਬ ਦੇ ਵਿੱਚ ਘਟਨਾ ਜਿਹੜੀਆਂ ਲੋਕਾਂ ਦਾ ਪੈਸਾ ਲੱਗਿਆ ਹੋਇਆ ਤੇ ਲੋਕ ਦਰਦ-ਦਰਦੀਆਂ ਠੋਕਰਾਂ ਖਾਂਦੇ ਫਿਰਦੇ ਆ ਇਹੋ ਜੇ ਖਾਸ ਕਰਕੇ ਛੋਟੀ ਕਿਸਾਨੀ ਵਾਲੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਇੱਕ ਕੇਸ ਆਉਂਦਾਗਾ ਸਾਡੇ ਇੱਥੇ ਕੋਟਲੀ ਦੇ ਨਜ਼ਦੀਕ ਕੋਠੇ ਆ ਪਰਿਵਾਰ ਵਿਚਾਰਾ ਸਾਹਮਣੇ ਵੀ ਨਹੀਂ ਆਉਣਾ ਚਾਹੁੰਦਾ ਸੀ ਕੀ ਹੋਇਆ ਡੇਢ ਕਿੱਲਾ ਜ਼ਮੀਨ ਵੇਚ ਕੇ ਸਾਰਾ ਕੁਝ ਉਹਨਾਂ ਨੇ ਦਾਤੇ ਲਾਤਾ ਇੱਕ ਸਾਲ ਉਹਨਾਂ ਨੇ ਮਗਰ ਏਜੰਟਾਂ ਦੇ ਦਰਦਰਦੀਆਂ ਠੋਕਰਾਂ ਖਾਂਦੇ ਫਿਰੇ ਬਠਿੰਡੇ ਦੇ ਵਿੱਚ ਨਹੀਂ ਸੁਣਵਾਈ ਹੋਈ ਐਂਡ ਤੇ ਆ ਕੇ ਏਜੰਟ ਕਹਿੰਦੇ ਕੀ ਏਜੰਟਾਂ ਤੋਂ ਪੈਸਾ ਵਾਪਸ ਹੋ ਜਾਂਦਾ ਕਿਤੇ ਏਜੰਟਾਂ ਕੋਲੇ ਪੈਸਾ ਗਿਆ ਕਿਤੇ ਵਾਪਸ ਹੋਇਆ ਉਹ ਪਰਿਵਾਰ ਥੱਕ ਹਾਰ ਕੇ ਹੰਬ ਕੇ ਬੈਠ ਗਿਆ ਸਹਿਮ ਗਿਆ ਡਰ ਗਿਆ ਕਿ ਸਾਡਾ ਪੈਸਾ ਨਹੀਂ ਆਉਣਾ ਘਰੇ ਘਰ ਦੇ ਵਿੱਚ ਕਲੇਸ਼ ਪੈ ਗਿਆ ਇੱਥੋਂ ਤੱਕ ਕੀ ਵੀ ਜਾਣੀ ਕਿ ਲੜਾਈ ਝਗੜੇ ਦੇ ਵਿੱਚ ਇੱਕ ਦੂਜੇ ਨੂੰ ਐਂ ਚਾਂਸ ਹੋ ਗਿਆ ਵੀ ਕਿਸੇ ਦੀ ਮੌਤ ਨਾ ਹੋ ਜੇ ਪਰਿਵਾਰਕ ਤੌਰ ਤੇ ਠੀਕ ਹੈ ਆਰਥਿਕ ਤੌਰ ਤੇ ਤਾਂ ਨੁਕਸਾਨ ਹੋਇਆ ਹੀ ਹੋਇਆ ਵੀ ਕਿਤੇ ਪਰਿਵਾਰਕ ਤੌਰ ਤੇ ਵੀ ਨਾ ਹੋ ਜੇ ਉਹ ਕੇਸ ਸਾਡੇ ਕੋਲੇ ਆਇਆ ਉਹ ਚੀਜ਼ ਦਾ ਉਹਨਾਂ ਦਾ ਸੀ ਪੈਸਾ ਮੜਵਾ ਕੇ ਦਿੱਤਾ 5.5 ਲੱਖ ਰੁਪਇਆ ਹੱਲ ਕਰਵਾ ਕੇ ਦਿੱਤਾ ਵੀ ਕਾਰਨ ਕੀ ਉਸ ਚੀਜ਼ ਦੀ ਮੇਰੇ ਮਨ ਦੇ ਉੱਤੇ ਇੰਨਾ ਵੱਜਾ ਵੀ ਯਾਰ ਇੱਕ ਬੰਦਾ ਡੇਢ ਕਿਲਾ ਜ਼ਮੀਨਾਂ ਡੇਢ ਕਿਲਾ ਜ਼ਮੀਨ ਦਾ ਡੇਢ ਦਾ ਡੇਢ ਉਹਨੇ ਵੇਚਤਾ ਵੀ ਸਾਡੀ ਨੌ ਕੈਨੇਡਾ ਜਾਊਗੀ ਮਗਰ ਸਾਡਾ ਮੁੰਡਾ ਜਾਵੜੂ ਸਾਡਾ ਪਰਿਵਾਰ ਸੈੱਟ ਹੋ ਜੂ ਉਹਦੇ ਨਾਲ ਐਡੀ ਵੱਡੀ ਠੱਗੀ ਵੱਜ ਗਈ ਸਾਲ ਪਾਰ ਹੋ ਗਿਆ ਉਹਦੀ ਜ਼ਮੀਨ ਵੇਚੀ ਨੂੰ ਉਹਨੇ ਗਾਂ ਏਜੰਟਾਂ ਨੂੰ ਪੈਸਾ ਦਿੱਤਾ ਏਜੰਟਾਂ ਗਾਂ ਸਾਲ ਪਾਤਾ ਗਾਇ ਪਾਤਾ ਵੀਜ਼ਾ ਤਾਂ ਕੀ ਲਵਾਉਣਾ ਸੀ ਉਹਦੀ ਰਿਣੀ ਚਨੀ ਵੀ ਗਈ ਉਹ ਬੜਵਾ ਕੇ ਦੇਤੀ ਜਿਹੜੀ ਉਹਦੀ ਜ਼ਮੀਨ ਭੰਗ ਦੇ ਪਾਣੇ ਗਈ ਅੱਜ ਸਾਲ ਬਾਅਦ ਉਹਦੇ ਕਿਸ਼ਤਾਂ ਨਾਲ ਪੈਸੇ ਮੁੜੇ ਆ ਘਰੋਂ ਉਹ ਖਾਈ ਗਏ ਵੈਜੂ ਚੱਕ ਚੱਕ ਉਹ ਏਜੰਟਾਂ ਦੇ ਚੱਕਰ ਚ ਬਾਹਰ ਜਾਣ ਦੇ ਚੱਕਰ ਚ ਕੈਨੇਡਾ ਦੇ ਜਾਣ ਦੇ ਚੱਕਰ ਦੇ ਵਿੱਚ ਉਹ ਘਰ ਖਤਮ ਹੋ ਗਿਆ ਜਿਹੜੀ ਡੂੜ ਕਿਲਾ ਜ਼ਮੀਨ ਆਮਦਨ ਦਿੰਦੀ ਸੀ ਉਹ ਵੀ ਉਹਨਾਂ ਨੇ ਦਾਤੇ ਲਾਤੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਛੋਡੇ ਮਾਧਿਅਮ ਰਹੀਏ ਅਪੀਲ ਕਰਦਾ ਵੀ ਯਾਰ ਐ ਨਾ ਸੋਚੋ ਵੀ ਕਿਲਾ ਵੇਚਤਾ ਦੋ ਕਿਲੇ ਵੇਚਤਾ ਜਾਵੜਾ ਕੈਨੇਡਾ ਜਾਵੜਾ ਅਮਰੀਕਾ ਜਾਵੜਾ ਆਸਟ੍ਰੇਲੀਆ ਜਾਵੜਾ ਨਿਊਜ਼ੀਲੈਂਡ ਵੀ ਉੱਥੇ ਕਿਹੜਾ ਹਵਾਈ ਜਹਾਜ਼ ਜਦੋਂ ਸਾਡਾ ਬੱਚਾ ਉਤਰਦਾ ਵੀ ਉੱਥੇ ਧੱਗ ਲੱਗੀ ਪਈ ਹੈ ਵੀ ਜਾ ਕੇ ਉਹਨੇ ਗੱਟਾ ਹੀ ਭਰ ਲੈਣਾ 35 ਲੱਖ ਲਾ ਕੇ 40 ਲੱਖ ਲਾ ਕੇ ਜਿਹੜਾ ਕਿੱਲਾ ਸਾਨੂੰ ਕਮਾਈ ਦਿੰਦਾ ਜਾਂ ਰਜਕਾਰ ਦਿੰਦਾ ਚਾਰ ਮਨ ਦਾਣੇ ਆਪਣੇ ਘਰੇ ਜਾਂਦੇ ਆ ਉਹ ਤੁਸੀਂ ਦਾਤੇ ਲਾ ਕੇ ਪਹਿਲੀ ਗੱਲ ਤਾਂ ਏਜੰਟਾਂ ਦੇ ਭੇੜੀ ਚੜ ਜਾਂਦੇ ਹੋ ਉੱਥੇ ਤਾਂ ਮਗਰੋਂ ਪਹੁੰਚੋਂਗੇ ਜੀ ਇੱਥੇ ਹੀ ਲੁੱਟ ਦੀ ਸਾਧਨ ਬਣ ਜਾਂਦਾ ਵੱਡਾ ਏਜੰਟ ਕਈਆਂ ਨੂੰ ਤਾਂ ਦਬਾਈ ਬੈਠੇ ਆ ਕਈ ਹਾਈਮੇ ਬੈਠਿਆ ਕਈ ਡਰੇ ਬੈਠੇ ਆ ਕਈਆਂ ਨੂੰ ਕੋਈ ਦੀਦਾ ਨਹੀਂ ਵੀ ਕਿਹੜੇ ਦਰਵਾਜੇ ਤੇ ਜਾਈਗੇ ਜਿੱਥੇ ਸਾਨੂੰ ਇਨਸਾਫ ਮਿਲ ਜੇ ਤੇ ਉੱਥੇ ਕਿਹੜਾ ਧਿੱਗਾਂ ਲੱਗੀਆਂ ਪਈਆਂ ਵੀ ਪੰਜਾਬੀ ਕੋ ਸਾਨੂੰ ਉੱਥੇ ਝੂਲਿਆਂ ਦੇ ਵਿੱਚ ਛੋਟੇ ਬੱਚਿਆਂ ਨੇ ਭਰ ਕੇ ਤੇ ਇਧਰ ਭੇਜ ਦੇਣਾ ਬੱਚਿਆਂ ਦੇ ਮਾਨਸਿਕ ਤੌਰ ਤੇ ਇਹਨਾਂ ਲੋਡ ਪਿਆ ਜਾਂਦਾ ਤੇ ਵੀ ਯਾਰ ਇੰਨਾ ਪੈਸਾ ਸਾਡੇ ਤੇ ਲੱਗਿਆ ਅਸੀਂ ਕਮਾਈ ਹੈ ਅਸੀਂ ਕਰਕੇ ਭੇਜਣਾ ਉੱਥੇ ਭੁੱਖੇ ਤੇ ਆਏ ਰਹਿੰਦੇ ਆ ਵੀ ਯਾਰ ਮਾੜਾ ਮੋਟਾ ਕੁਝ ਸੋਚ ਲੋ ਵੀ ਵੀ ਜੇ ਕੋਈ ਜਾਣਾ ਚਾਹੁੰਦਾ ਠੀਕ ਹੈ ਉਹਦਾ ਆਪਦਾ ਆਪਣਾ ਮਸਲਾ ਪਰ ਇਹ ਨਾ ਹੋਵੇ ਸਾਰੀ ਰਿਣੀ ਚਿਨੀ ਵੇਚ ਕੇ ਸਾਰਕੋ ਪਿਛਲਾ ਪਰਿਵਾਰ ਵੀ ਤੁਸੀਂ ਦਾਤੇ ਲਾ ਕੇ ਤੁਸੀਂ ਕਹਿ ਦੋ ਸਾਨੂੰ ਖਣੀ ਉੱਥੇ ਧਗ ਲੱਗੇ ਪਏ ਆ ਨਹੀਂ ਜੇ ਤੁਸੀਂ ਏਜੰਟਾਂ ਰਹੀਂ ਕੁਝ ਲੈਣਾ ਚਾਹੁੰਦੇ ਹੋ ਜੇ ਏਜੰਟ ਛੋਡੇ ਨਾਲ ਐਗਰੀਮੈਂਟ ਕਰਦੇ ਆ ਕੀ ਆ ਕਈਆਂ ਤੋਂ ਸਾਡੇ ਭਰਾਵਾਂ ਤੋਂ ਭੋਲੇ-ਪਾਲੇ ਕਿਸਾਨਾਂ ਤੋਂ ਇਹ ਲਿਖਾ ਲੈਂਦੇ ਆ ਵੀ ਫੈਲ ਲੱਗੇ ਨਾ ਪਹਿਲਾਂ ਤਾਂ ਜਿਵੇਂ ਦੁਕਾਨਦਾਰ ਤੋਂ ਆਪਾਂ ਸੇਲ ਦਾ ਕੋਈ ਸਮਾਨ ਲੈਣ ਜਾਂਦੇ ਆ ਉਹ ਕਹਿੰਦਾ ਪੈਂਟ ਲੈ ਲੈ ਕੂਟ ਲੈ ਲੈ ਕੋਈ ਮਸ਼ੀਨਦਰ ਕੁਝ ਵੀ ਲੈਣਾ ਉਹ ਕਹਿੰਦਾ ਯਾਰ ਸਾਡਾ ਕੁਆਲਟੀ ਦਾ ਕੱਪੜਾ ਲੈ ਤੂੰ ਬਹੁਤ ਵਧੀਆ ਇਹ ਇਹਦੇ ਨਾਲ ਤਾਂ ਕਿਤੇ ਮਿਲਣਾ ਹੀ ਨਹੀਂ ਹੁੰਦਾ ਤੈਨੂੰ ਆਸੇ-ਪਾਸੇ ਬਾਜ਼ਾਰ ਦੇ ਵਿੱਚੋਂ ਦੂਜਾ ਨੰਬਰ ਉਹ ਕਹਿ ਦਿੰਦੇ ਆ ਯਾਰ ਅਸੀਂ ਇੰਨੀਆਂ ਫਾਈਲਾਂ ਲਵਾਈਆਂ ਹਮਮ ਇੰਨੇ ਨੇ ਬੋਰਡ ਲਵਾਏ ਹੁੰਦੇ ਆ ਉਹਨਾਂ ਦੇ ਯਾਰ ਅਸੀਂ ਇੰਨੀਆਂ ਫਾਈਲਾਂ ਲਵਾ ਚੁੱਕੇ ਆ 1% ਹੀ ਚਾਂਸ ਆ ਨਾ ਲੱਗਣ ਦਾ 99% ਤੇਰੀ ਫਾਈਲ ਲੱਗੂਗੀ ਸਾਡੇ ਲੋਕ ਉੱਥੇ ਕੀ ਕਹਿ ਦਿੰਦੇ ਆ ਠੀਕ ਆ ਯਾਰ 1% ਹੀ ਆ 99 ਤਾਂ ਉਹ ਕਹੀ ਜਾਂਦਾ ਫਲਾਣੇ ਦੀ ਲੱਗੀ ਓੰਕੇ ਦੀ ਲੱਗੀ ਓੰਕੇ ਦੀ ਲੱਗੀ ਉੱਥੇ ਸਾਡੇ ਲੋਕ ਐਗਰੀਮੈਂਟ ਦੇ ਵਿੱਚ ਇਹੋ ਜਿਹੀਆਂ ਸ਼ਰਤਾਂ ਲਿਖ ਦਿੰਦੇ ਆ ਜਿੱਥੇ ਬਾਅਦ ਦੇ ਵਿੱਚ ਏਜੰਟਾਂ ਨੂੰ ਠੱਗੀ ਮਾਰਨ ਦੇ ਵਿੱਚ ਸਫਲ ਹੋ ਜਾਂਦੇ ਆ ਵੀ ਆਹ ਵੇਖੋ ਯਾਰ ਤੁਸੀਂ ਐਗਰੀਮੈਂਟ ਕੀਤਾ ਸੀ ਵੀ ਜੇ ਸਾਡੀ ਫਾਈਲ ਨਾਲ ਲੱਗੂਗੀ ਤਾਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਹੁਣ ਇੱਕ ਬੰਦੇ ਦਾ ਮੁਤਾਜ 6 ਲੱਖ ਰੁਪਈਆ 6 ਲੱਖ ਰੁਪਈਆ ਉਹਨੇ ਸਾਲ ਭਰ ਦਾ ਭਰਤਾ 6 ਲੱਖ ਦਾ ਤੂੰ ਵਿਆਜ ਲਾ ਲਾ ਹਾਂ 5 ਰੁਪਏ ਦੇ ਵਿਆਜ ਤੇ ਚੱਕ ਕੇ ਲੋਕ ਪੈਸਾ ਭਰਦੇ ਨੇ ਉਹ 6 ਲੱਖ ਦਾ ਤੂੰ ਵਿਆਜ ਲਾ ਲਾ ਸਾਲ ਭਰ ਉਹ ਬੰਦੇ ਪੈਸਾ ਵਰਤ ਕੇ ਮਗਰ ਉਹ ਦਿੰਦੇ ਆ ਅਸੀਂ ਐਂਬੈਸੀ ਦੀ ਫੀਸ ਕੱਟਨੀ ਆ ਅਸੀਂ ਆਫਰ ਲੈਟਰ ਦੇ ਕੱਟਨੇ ਆ ਅਸੀਂ ਫਲਾਣੇ ਦੇ ਕੱਟਨੇ ਆ ਅਸੀਂ ਝੌਂਕੇ ਦੇ ਕੱਟਨੇ ਆ 6 ਲੱਖ ਚੋਂ 50 60 ਹਜ਼ਾਰ ਕੱਟ ਜਾਂਦੇ ਨੇ ਹਾਂ ਠੀਕ ਆ ਸਾਲ ਦਾ ਵਿਆਜ ਬਣਾਲਾ ਕਿੰਨੀ ਲੁੱਟ ਹੋ ਗਈ ਇਹ ਲੁੱਟ ਤਾਂ ਕਿਸੇ ਨੂੰ ਦਿਸਦੀ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਵੀ ਠੱਗੀਆਂ ਬੱਜੀਆਂ ਗਈਆਂ ਤੇ ਜਿਹੜੀ ਆਮ ਲੋਕਾਂ ਦੀ ਸਰਕਾਰ ਆਈ ਆ ਉਹਦੇ ਵਿੱਚ ਵੀ ਬੱਜੀ ਗਈ ਕੀ ਬਦਲਾਅ ਹੋਇਆ ਇੱਥੇ ਕੀ ਕਿ ਐਡੇ ਵੱਡੇ ਪੱਧਰ ਤੇ ਠੱਗੀਆਂ ਵਜਦੀਆਂ ਅਕਸਰ ਹੀ ਆਪਾਂ ਦੇਖਦੇ ਆਂ ਧਰਨੇ ਲੱਗਦੇ ਆ ਲੋਕ ਆਹ ਏਜੰਟਾਂ ਦੇ ਬਾਰਾ ਮੂਰੇ ਬੈਠੇ ਹੁੰਦੇ ਆ ਕਿਉਂਕਿ ਠੱਗ ਏਜੰਟ ਸਾਰੇ ਨਹੀਂ ਮਤਲਬ ਬਹੁਤੇ ਹੈਗੇ ਆ ਪੰਜਾਬ ਦੇ ਵਿੱਚ ਵੀ ਇੰਨਾ ਕੁਝ ਪਤਾ ਹੁੰਦੇ باوجود ਸਰਕਾਰ ਵੱਲੋਂ ਕੋਈ ਨਾ ਕਾਨੂੰਨ ਬਣਾਉਣਾ ਨਾ ਨਾ ਉਹਦੇ ਉੱਪਰ ਕੋਈ ਐਕਸ਼ਨ ਲੈਣਾ ਕੀ ਲੱਗਦਾ ਫਿਰ ਇਹਨੂੰ ਦੇਖ ਕੇ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਉਹਨਾਂ ਦੇ ਉੱਪਰ ਕੋਈ ਵੀ ਉਹਨਾਂ ਦੇ ਐਕਸ਼ਨ ਤਾਂ ਇਹ ਹੈ ਤੁਸੀਂ ਵੇਖੋ ਪ੍ਰਸ਼ਾਸਨ ਕੋਲੇ ਜਾਵੜੋ ਕੋਈ ਏਜੰਟਾਂ ਤੇ ਕੋਈ ਐਕਸ਼ਨ ਨਹੀਂ ਲੈਣਗੀ ਠੀਕ ਹੈ ਇਹਦਾ ਮਤਲਬ ਥੱਲੇ ਤੋਂ ਲੈ ਕੇ ਤਾਂ ਤੱਕ ਆ ਨਾ ਜਾਂ ਕੋਈ ਮੀਂਹ ਆ ਜਾਂਦਾ ਜਾਂ ਕੋਈ ਕੀ ਆ ਮੇਲਚੋਲ ਆਈ ਉਹੀ ਤਾਂ ਗੱਲਾਂ ਨੇ ਜੇ ਤੁਸੀਂ ਵੇਖੋਗੇ ਪਿਛਲੇ ਸਮੇਂ ਦੇ ਵਿੱਚ ਏਜੰਟ ਨੇ ਇੱਕ ਨੇ ਕਰੋੜਾਂ ਰੁਪਈਆ ਦੀ ਠੱਗੀ ਮਾਰੀ ਉਹਦੇ ਤੇ ਮਾੜੀ ਮੋਟੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਤਾ ਠੀਕ ਹੈ ਜੇਲ੍ਹ ਭੇਜਤਾ ਤੇ ਜੇਲ੍ਹ ਦੇ ਵਿੱਚ ਕੀ ਉਹ ਪਰਿਵਾਰ ਨੂੰ ਪੈਸਾ ਮਿਲ ਗਿਆ ਜਿਹਦੀ ਜ਼ਮੀਨ ਵੇਚ ਗਈ ਪੰਜਾਬੀਆਂ ਨੂੰ ਆਦੇ ਆ ਜਿਹਦਾ ਜਗਾ ਵੇਚ ਗਿਆ ਜਿਹਦਾ ਘਰ ਵੇਚ ਗਿਆ ਕੀ ਉਹਨੂੰ ਪੈਸਾ ਵਾਪਸ ਆ ਗਿਆ ਨਹੀਂ ਉਹ ਪਤਾ ਕੀ ਹੈ ਮਾੜੀ ਮੋਟੀ ਕਾਰਵਾਈ ਕਰਕੇ ਉਹਨਾਂ ਨੂੰ ਮਹੀਨਾ ਡੇਢ ਮਹੀਨਾ ਜੇਲ੍ਹ ਦੇ ਵਿੱਚ ਲਾਉਣਾ ਜਿਹੜੇ ਨੇ ਕਰੋੜਾਂ ਰੁਪਇਆ ਲੁੱਟ ਲਿਆ ਉਹਨੂੰ ਮਹੀਨਾ ਬੈਠਣ ਨੂੰ ਕੀ ਹੈ ਉੱਥੇ ਕੀ ਬੈਠਾ ਕੇ ਉੱਥੇ ਕੀ ਬੈਠਾ ਤੇ ਉਸ ਤੋਂ ਬਾਅਦ ਉਹ ਕਰੋੜਾਂ ਰੁਪਇਆ ਹਾਜਮ ਕਰ ਜਾਂਦਾ ਪ੍ਰਸ਼ਾਸਨ ਵੱਲੋਂ ਪੱਲਾ ਝਾੜਾ ਜਾਂਦਾ ਯਾਰ ਅਸੀਂ ਤਾਂ ਇੱਦੇ ਤੇ ਕਾਰਵਾਈ ਕਰਤੀ ਅਸੀਂ ਤਾਂ ਪਰਚਾ ਦੇ ਸਕਦੇ ਹਾਂ ਦੇਤਾ ਉਹਨੂੰ ਜੇਲ੍ਹ ਭੇਜਤਾ 420 ਦੇ ਵਿੱਚ ਮਹੀਨੇ 20 ਦਿਨਾਂ ਚ ਜਬਾਨਤ ਹੋ ਗਈ ਤੇ ਬਾਹਰ ਆ ਗਿਆ ਤੇ ਉਹ ਲੁੱਟਕਦਾ ਫਿਰਦਾ ਉੱਤੋਂ ਅਗਲਾ ਦਾ ਯਾਰ ਹੁਣ ਕਢਾਉਨੇ ਆ ਪੈਸੇ ਤੁੱਤੂ ਆਪਾਂ ਘਰੋਂ ਫੇਰ ਲਾਈ ਜਾਂਦੇ ਆ ਜਾਂ ਹਾਂ ਮ ਜਾਂਦੇ ਨੇ ਕਿਉਂਕਿ ਇਹਨਾਂ ਜਦੋਂ ਐੜੀਆਂ ਐੜੀਆਂ ਬਿਲਡਿੰਗਾਂ ਖੁੱਲੀਆਂ ਜਿਹੜਾ ਖਰਚਾ ਕੀਤਾ ਜਿਹੜਾ ਪੈਸਾ ਲਾਇਆ ਤੇ ਪ੍ਰਸ਼ਾਸਨ ਝਾਕਦਾ ਨਹੀਂ ਜਾਂ ਤਾਂ ਇਹ ਹੋਵੇ ਸਰਕਾਰ ਕਵੇ ਵੀ ਅਸੀਂ ਫਲਾਣੇ ਦਾ ਪੈਸਾ ਵਾਪਸ ਕਰਾਇਆ ਫਲਾਣੇ ਏਜੰਟ ਤੇ ਕਾਰਵਾਈ ਵੀ ਕੀਤੀ ਆ ਉਹਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਆ ਹੁਣ ਮਾਨ ਸਾਹਿਬ ਇਹ ਤਾਂ ਕਹਿੰਦਾ ਫਲਾਣੇ ਦੀਆਂ ਅਸੀਂ ਜ਼ਬਤ ਕਰਤੀਆਂ ਧੋਖੇ ਦੀਆਂ ਕਿਹਦੀਆਂ ਜ਼ਬਤ ਕੀਤੀਆਂ ਨੇ ਸਾਰੇ ਓਵੇਂ ਫਿਰਦੇ ਆ ਪਾਰਟੀਆਂ ਵਾਲੇ ਜਾਂ ਇਹ ਜਿਹੜੇ ਏਜੰਟਾਂ ਦਾ 70% ਪੰਜਾਬ ਨੂੰ ਲੁੱਟ ਕਰ ਰਹੇ ਨੇ ਇਹਨਾਂ ਦਾ ਕਿਸੇ ਦਾ ਜ਼ਬਤ ਕੀਤਾ ਜਾਂ ਤਾਂ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰੋ ਸਾਰਾ ਪੈਸਾ ਸਮੇਤ ਵਿਆਜ ਦੁੱਗਣਾ ਉਸ ਜਿਨ੍ਹਾਂ ਦਾ ਪੈਸਾ ਕਿਸਾਨਾਂ ਮਜ਼ਦੂਰਾਂ ਦਾ ਲੱਗਿਆ ਹੁੰਦਾ ਉਹਨਾਂ ਨੂੰ ਵਾਪਸ ਕਰਾਓ ਇਹਨਾਂ ਦੇ ਪਰਚੇ ਡੱਕ ਕੇ ਜਿਹੜੇ ਠੱਗੀਆਂ ਮਾਰਦੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਫਿਰ ਤਾਂ ਮੰਨ ਲਿਓ ਵੀ ਉਹ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਇਹ ਗੱਲਾਂ ਜ਼ਰੂਰੀ ਐ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਇੱਥੇ ਪੰਜਾਬ ਨੂੰ ਵਿਹਲਾ ਕਰ ਕਰ ਵਿਦੇਸ਼ਾਂ ਵੱਲ ਭੱਜੇ ਜਾਓਗੇ ਤੇ ਇੱਥੇ ਜ਼ਮੀਨਾਂ ਵੇਚ-ਵੇਚ ਕੇ ਤੇ ਜੇ ਉੱਥੇ ਵੀ ਨਾ ਪੈਰ ਲੱਗੇ ਤੇ ਕਈ ਏਜੰਟਾਂ ਦੀ ਭੇਡ ਚੜ ਗਏ ਤੇ ਮਗਰਲੇ ਵੀ ਉਖੜ ਜਾਣਗੇ ਤੇ ਜਿਹਦੇ ਤੇ ਲੱਗਿਆ ਉਹ ਵੀ ਉਖੜਿਆ ਤੇ ਪੂਰਾ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਰਹੇ ਨੇ ਪੂਰਾ ਪੰਜਾਬ ਬਰਬਾਦ ਹੋ ਰਿਹਾ ਇਹ ਸਰਕਾਰਾਂ ਚਾਹੁੰਦੀਆਂ ਵੀ ਸਾਡੇ ਨੌਜਵਾਨ ਇੱਥੇ ਰਹਿਣ ਨਾ ਇਹ ਪੰਜਾਬ ਦੀ ਮਿੱਟੀ ਆ ਜਿਹੜੀ ਖੁਸ਼ਹਾਲੀ ਧਰਤੀ ਇਹਨੂੰ ਕਿਵੇਂ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਵੇ ਇਹ ਵੀ ਇੱਕ ਸਿਸਟਮ ਆ ਜਿਹੜਾ ਏਜੰਟੀ ਦਾ ਜਿਹੜਾ ਇਹਦੇ ਨਾਲ ਕੜੀ ਨਾ ਕੜੀ ਜੁੜੀ ਹੋਈ ਹੈ ਜੇ ਲੋਕ ਰਹਿਣਗੇ ਲੋਕ ਸਿਰ ਜੋੜਨਗੇ ਹੁਣ ਅਸੀਂ ਕੀ ਕਰਦੇ ਆ 100 ਬੰਦਾ ਜਾ ਵੜਦੇ ਆ ਡੀਸੀ ਦਫਤਰ ਜਾਂ 200 ਬੰਦਾ ਜਾ ਵੜੇ ਜਾਂ ਅਸੀਂ ਅਫਸਰ ਘੇਰ ਲਿਆ ਆਪਣੀਆਂ ਮੰਗਾਂ ਮਨਵਾ ਲਈਆਂ ਇਹ ਛੋਟੀਆਂ ਆ ਗਈਆਂ ਨਾ ਜਿਹੋ ਜਿਹਾ ਮਿੱਠਾ ਪਾਵਾਂਗੇ ਉਹੋ ਜਿਹਾ ਅੱਗੋ ਸੁਆਦ ਮਿਲਣਾ ਨਾ 200 ਬੰਦੇ ਨੇ ਉਹੋ ਜੀ ਮੰਗ ਅਸੀਂ ਮਨਵਾਲੀ ਜੇ ਅਸੀਂ ਸਾਰੇ ਲੋਕ ਸਿਰ ਨਾਲ ਸਿਰ ਜੋੜਾਂਗੇ ਸਾਰੇ ਲੋਕ ਉੱਠਾਂਗੇ ਤਾਂ ਫੇਰ ਹੀ ਅਸੀਂ ਇੱਥੇ ਰੋਜ਼ਗਾਰ ਲੈ ਸਕਾਂਗੇ ਫੇਰ ਹੀ ਅਸੀਂ ਆਪਣਾ ਪੜ੍ਹਾਈ ਫ੍ਰੀ ਕਰਾ ਸਕਾਂਗੇ ਫੇਰ ਹੀ ਅਸੀਂ ਆਪਦਾ ਇਲਾਜ ਫ੍ਰੀ ਕਰਾ ਸਕਾਂਗੇ ਫੇਰ ਹੀ ਅਸੀਂ ਆਪਦੀਆਂ ਇਹ ਫਸਲਾਂ ਦੀ ਐਮਐਸਪੀ ਲੈ ਸਕਾਂਗੇ ਫੇਰ ਹੀ ਅਸੀਂ ਆਪਦੀਆਂ ਜ਼ਮੀਨਾਂ ਬਚਾ ਸਕਾਂਗੇ ਫੇਰ ਹੀ ਕਿਸਾਨਾਂ ਮਿਹਦੂਰਾਂ ਦੀ ਅਸੀਂ ਖੁਸ਼ਹਾਲੀ ਲਿਆ ਸਕਾਂਗੇ ਫੇਰ ਹੀ ਅਸੀਂ ਜਵਾਨੀ ਬਚਾ ਸਕਾਂਗੇ ਫੇਰ ਹੀ ਅਸੀਂ ਕਿਸਾਨੀ ਬਚਾ ਸਕਾਂਗੇ ਤੇ ਜੇ ਲੋਕ ਇੱਥੇ ਲੋਕ ਨਾ ਰਹਿ ਇੱਥੇ ਜਵਾਨੀ ਨਾ ਰਹੀ ਤੇ ਫੇਰ ਅਸੀਂ ਕਿਵੇਂ ਬਚਾਵਾਂਗੇ ਤੇ ਕੁਛ ਨਸ਼ਿਆਂ ਦੀ ਭੇਡ ਚੜ ਗਈ ਕੁਛ ਆ ਵਿਦੇਸ਼ਾਂ ਦੀ ਧਰਤੀ ਵੱਲ ਜਾਵੜੇ ਕਿਸਾਂ ਦੇ ਆਏ ਜਮੀਨਾਂ ਵੇਚ ਕੇ ਕਈ ਆ ਆਰਥਿਕ ਤੌਰ ਤੇ ਤੇ ਮਾਨਸਿਕ ਤੌਰ ਤੇ ਤੇ ਪਰਿਵਾਰਕ ਤੌਰ ਤੇ ਆਏ ਨੁਕਸਾਨ ਹੋ ਗਿਆ ਫੇਰ ਕੀ ਪੰਜਾਬ ਬਚੂ ਜਿਵੇਂ ਜਿਵੇਂ ਸਰਕਾਰ ਨੇ ਕਿਹਾ ਸੀ ਸਰਕਾਰ ਆਉਣ ਤੇ ਕਿ ਪੰਜਾਬ ਦੇ ਵਿੱਚ ਅੰਗਰੇਜ਼ ਕੰਮ ਕਰਨ ਆਉਣਗੇ ਅਸੀਂ ਮਤਲਬ ਨੌਕਰੀਆਂ ਨਹੀਂ ਦੇ ਦੇਣੀਆਂ ਚਾ ਪੰਜਾਬ ਨੂੰ ਸੁਧਾਰੀ ਨਾ ਦੇਣਾ ਵੀ ਪੰਜਾਬ ਦੇ ਲੋਕ ਬਾਹਰ ਨਹੀਂ ਜਾਣਗੇ ਹੁਣ ਕੀ ਲੱਗਦਾ ਵੀ ਅੰਗਰੇਜ਼ ਕੋਈ ਤੁਹਾਨੂੰ ਲੱਭਿਆ ਇੱਥੇ ਦਿਖਿਆ ਕਿਤੇ ਮਿਲਣ ਆਇਆ ਹੋਵੇ ਕੋਈ ਵੀ ਮੈਂ ਇੱਥੇ ਕੰਮ ਕਰਨ ਆਇਆ ਮਾਇਆ ਦਾ ਅੰਗਰੇਜ਼ ਤਾਂ ਕੀ ਲੱਭਣਾ ਇਹ ਤਾਂ ਦੇਸੀ ਪਾਰਕਾਂ ਦੇ ਵਿੱਚ ਮੀਟਿੰਗਾਂ ਹੋਇਆ ਕਰਨੀਆਂ ਗਈਆਂ ਜਿਹੜੇ ਨੌਜਵਾਨ ਪਾਰਕਾਂ 'ਚ ਮੀਟਿੰਗਾਂ ਕਰਦੇ ਆ ਵੀ ਅਸੀਂ ਵਿਦੇਸ਼ ਜਾਣਾ ਮਾਨ ਸਾਹਿਬ ਦਾ ਪਹਿਲਾ ਬਿਆਨ ਹੁੰਦਾ ਜੀ ਜਦੋਂ ਸੱਤਾ 'ਚ ਹੁੰਦਾ ਸੀ ਵੀ ਮੀਟਿੰਗਾਂ ਕਰਦੇ ਆਪਾਂ ਬਾਹਰ ਜਹਾਜ਼ 'ਕਿਦੋਂ ਚੜਨਾ ਤੇ ਉਹ ਅੰਗਰੇਜ਼ ਇੱਥੇ ਆਉਣਗੇ ਤੇ ਪਾਰਕਾਂ 'ਚ ਇਹ ਮੀਟਿੰਗਾਂ ਹੋਇਆ ਕਰਨੀਆਂ ਵੀ ਆਪਣੇ ਤਾਂ ਗੋਰੇ ਆ ਰਹੇ ਨੇ ਇੱਥੇ ਤੇ ਮੈਨੂੰ ਕਿਤੇ ਤੁਸੀਂ ਅੰਗਰੇਜ਼ ਆਦੇ ਹੋ ਮੈਨੂੰ ਇੱਥੇ ਨੌਜਵਾਨ ਨਹੀਂ ਦਿਸਦਾ ਕੋਈ ਲੱਭਿਆ 18 ਤੋਂ ਲੈ ਕੇ 17 ਤੋਂ ਲੈ ਕੇ 22 ਸਾਲ ਤੱਕ ਜਿਹੜਾ ਕੈਨੇਡਾ ਅਮਰੀਕਾ ਇੰਗਲੈਂਡ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਬਾਹਰ ਨੂੰ ਜਾਈ ਜਾਂਦੇ ਨੇ ਪੰਜਾਬੀ ਨਹੀਂ ਲੱਭ ਰਹੀ ਪੰਜਾਬੀ ਨਹੀਂ ਲੱਭ ਰਿਆ ਨੌਜਵਾਨੀ ਨਹੀਂ ਲੱਭ ਰਹੀ ਕੋਈ ਤਾਂ ਨਸ਼ਿਆਂ ਦੀ ਭੇਡ ਚੜ ਗਈ ਉਹ ਨਹੀਂ ਬੰਦ ਹੋਇਆ ਟੀਕੇ ਲਾ ਲਾ ਕੇ ਨਸ਼ੇ ਚਿੱਟੇ ਦੇ ਦਲਦਲ ਦੇ ਵਿੱਚ ਫਸ ਗਈ ਨੌਜਵਾਨੀ ਕਿਉਂਕਿ ਰਜਗਾਰ ਹੈ ਨਹੀਂ ਇਧਰਲੇ ਪਾਸੇ ਲੱਗ ਗਏ ਪਰ ਇਹ ਮਸਲਾ ਹੱਲ ਨਹੀਂ ਨੌਜਵਾਨਾਂ ਨੂੰ ਆਦੇ ਆਸ-ਪਾਸੇ ਲਾ ਕੇ ਸਰਕਾਰਾਂ ਤਾਂ ਇਹ ਚੌਧੀਆਂ ਇੱਕ-ਇੱਕ ਤਰੀਕਾ ਇਹਨਾਂ ਨੇ ਛੱਡਿਆ ਹੋਇਆ ਜਮੀਨਾਂ ਕਿਵੇਂ ਖੋਣੀਆਂ ਪੰਜਾਬ ਦੀਆਂ ਤੇ ਦੂਜੇ ਪਾਸੇ ਜਿਹੜਾ ਤੁਸੀਂ ਆਦੇ ਵੀ ਆਦੇ ਸੀ ਗੋਰੇ ਆਉਣਗੇ ਇੱਥੇ ਇੱਥੇ ਕੋਈ ਨੌਜਵਾਨੀ ਪੰਜਾਬੀ 18 ਸਾਲ 17 ਸਾਲ ਵਾਲਾ ਤੁਸੀਂ ਦੇਖਿਆ ਵੀ ਕਿਤੇ ਉਹਨੂੰ ਲੈਂਡ ਦੇ ਵਿੱਚ ਖੜਾ ਹੋਵੇ ਮੈਂ ਰਜਗਾਰ ਲੈਣ ਚੱਲਿਆ ਜਾਂ ਮੈਨੂੰ ਰਜਗਾਰ ਮਿਲ ਗਿਆ ਕਿਤੇ ਭਰਤੀ ਦੇਖੀ ਹੈ ਤੁਸੀਂ ਪੁਲਿਸ ਦੀ ਦੇਖੀ ਹੈ ਬਿਜਲੀ ਦੀ ਦੇਖੀ ਹੈ ਕੋਈ ਲੈਂਡਮਾਰ ਜਈ ਕੋਈ ਭਰਤੀ ਹੋਇਆ ਕੋਈ 18 20 ਸਾਲ ਦਾ ਕਿਉਂ ਪ੍ਰਾਈਵੇਟ ਕਰਤਾ ਕਿਤੇ ਰੇਲਵੇ ਚ ਭਰਤੀ ਸੁਣੀ ਹੈ ਕਿਉਂਕਿ ਪ੍ਰਾਈਵੇਟ ਕਰਤੀ ਕਿਤੇ 에어ਪੋਰਟ ਚ ਭਰਤੀ ਸੁਣੀ ਹੈ ਕਿਉਂਕਿ ਪ੍ਰਾਈਵੇਟ ਕਰਤਾ ਭਰਤੀ ਸਾਰਾ ਕੁਸਤੇ ਵੇਚ ਰਹੇ ਆ ਹੌਲੀ ਹੌਲੀ ਤੇ ਆ ਹੁਣ ਸਾਡੀ ਅੱਖ ਆ ਗਈ ਇਹਨਾਂ ਦੀ ਆ ਜ਼ਮੀਨਾਂ ਤੇ ਗੋਰੇ ਕਿਹੜੇ ਆਉਣੇ ਸੀ ਇੱਥੇ ਪੰਜਾਬੀ ਰਹਿਣ ਨੂੰ ਤਿਆਰ ਨਹੀਂ ਇੱਥੇ ਕੋਈ ਪੰਜਾਬ ਦੇ ਵਿੱਚ ਲੌਨ ਆਰਡਰ ਦੀ ਸਥਿਤੀ ਨਹੀਂ ਐ ਨਹੀਂ ਪਤਾ ਛੋਟੇ ਵਪਾਰੀ ਨੇ ਜਾਂ ਦੁਕਾਨਦਾਰ ਨੇ ਸਵੇਰ ਨਿਕਲਣਾ ਤੇ ਸ਼ਾਮ ਨੂੰ ਘਰ ਆਉਣਾ ਕਿ ਨਹੀਂ ਆਉਣਾ ਬਦਲਾਅ ਤਾਂ ਆ ਆਇਆ ਲੁੱਟ ਦਾ ਬਦਲਾਅ ਆਇਆ 70 ਸਾਲਾਂ ਦੇ ਵੀ ਅਸੀਂ ਲੁੱਟ ਖਾ ਰਹੇ ਸੀ ਕਟ ਖਾਰੇ ਸੀ ਠੀਕ ਹੈ ਬੇਰੋਜ਼ਗਾਰ ਕਰਤੇ ਤੁਸੀਂ ਆਏ ਦੇਖੋ ਜਿਹੜਾ ਕਿਸਾਨ ਸੀ ਐਦੋਂ 30 ਤੋਂ 40 ਸਾਲ ਪਹਿਲਾਂ 70 ਦੇ 65 ਦੇ 75 ਦੇ 80 ਦੇ ਅਧਾਕੇ ਦੇ ਵਿੱਚ ਛੋਲੇ ਸੂਰਜਮੁਖੀ ਨਰਮਾ ਕਪਾਹ ਸਭ ਕੁਝ ਹੁੰਦਾ ਸੀ ਹੁੰਦਾ ਸੀ ਨਾ ਸਾਨੂੰ ਐਂ ਕਹਿ ਦਿੰਦੇ ਸੀ ਵੀ ਯਾਰ 5-10 ਪੜ ਲਾ ਨਹੀਂ ਖੇਤੀ ਕਰ ਲਈ ਅੱਜ ਕੋਈ ਆਏ ਆ ਦਾ ਅੱਜ ਕਿੱਲਾ ਕਿੱਲਾ ਵੇਚ ਕੇ ਉਧਰ ਨੂੰ ਤੁਰੇ ਜਾਂਦੇ ਹਨ ਕਿੱਲਾ ਵੀ ਦਾਤੇ ਅੱਜ ਕੀ ਆ ਦਾ ਕਿਸਾਨ ਆ ਉਹਦੇ ਪੁੱਤ ਨੂੰ ਵੀ ਯਾਰ ਖੇਤੀ ਨਾ ਕਰੀ ਇਹ ਗਲ ਦੇ ਵਿੱਚ ਰੱਸਾ ਵੇਚੂ ਤੇਰੇ ਇਹ ਫਹਾ ਲੈ ਲੈਂਗਾ ਅੱਜ ਉਹ ਕਿਸਾਨ ਜਿਹਨੇ ਤੇਜ਼ ਦੀ ਭੁੱਖਮਰੀ ਦੂਰ ਕਰਤੀ ਸੀ ਭਗਵੰਤ ਮਾਨ ਆਦਾ ਹੁੰਦਾ ਸੀ ਉਹ ਕਿਸਾਨ ਅੱਜ ਖੁਦ ਖੁਸ਼ੀਆਂ ਦੇ ਰਾਹ ਤੇ ਪਿਆ ਹੋਇਆ ਦੇਸ਼ ਤੇ ਸਟੋਰ ਭਰਤੇ ਉਹਨੇ ਦੇਸ਼ ਨੂੰ ਤਾਂ ਭੁੱਖਮਰੀ ਤੋਂ ਦੂਰ ਬਚਾ ਲਿਆ ਤੇ ਅੱਜ ਆਪ ਦੀ ਦਲਦਲ ਕਰਜ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਜਿਹੜੇ ਹੁਣ ਏਜੰਟਾਂ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਠੱਗੀ ਵਾਲਾ ਸਿਸਟਮ ਆ ਨਾ ਵੀ ਤੁਹਾਨੂੰ ਇਹ ਕਿੰਨੇ ਕ ਫੋਨ ਆਉਂਦੇ ਆ ਲੋਕਾਂ ਦੇ ਜਿਵੇਂ ਤੁਸੀਂ ਜਾਣੇ ਰਹਿੰਦੇ ਹੋ ਲੋਕ ਕੀ ਦੱਸਦੇ ਹੋਣਗੇ ਸਾਡੇ ਨਾਲ ਠੱਗੀ ਆਈ ਹੋਈ ਆਈ ਹੋਈ ਵੀ ਤੁਹਾਡੇ ਇਲਾਕੇ ਦੇ ਵਿੱਚ ਆ ਤੁਹਾਨੂੰ ਕਿੰਨੇ ਕ ਫੋਨ ਆਉਂਦੇ ਆ ਸਾਨੂੰ ਫੋਨ ਬਹੁਤ ਆਉਂਦੇ ਆ ਕਿਉਂਕਿ ਅਸੀਂ ਇਹ ਨਹੀਂ ਵੀ ਕਿਸੇ ਦਾ ਮਸਲਾ ਹੱਲ ਕਰਕੇ ਮਸਲੇ ਬਥੇਰੇ ਹੱਲ ਕੀਤੇ ਆ ਵੀ ਉਹਨੂੰ ਸੋਸ਼ਲ ਮੀਡੀਆ ਤੇ ਪਾਇਆ ਹੋਵੇ ਵੀ ਆਹ ਲਓ ਅਸੀਂ ਮਸਲਾ ਹੱਲ ਕਰਾਤਾ ਕਿਉਂਕਿ ਕਈ ਪਰਿਵਾਰ ਨਹੀਂ ਸਾਹਮਣੇ ਆਉਣਾ ਚਾਹੁੰਦੇ ਵੀ ਗੁਪਤ ਉਹਨਾਂ ਦਾ ਮਸਲਾ ਹੱਲ ਕਰਾਇਆ ਜਾਂਦਾ ਕਈ ਵਾਰੀ ਅਰਜੇਮਿਆਂ ਦੇ ਵਿੱਚ ਪਹੁੰਚਿਆ ਨਹੀਂ ਜਾਂਦਾ ਕਿਉਂਕਿ ਜਥੇਬੰਦੀਆਂ ਦਾ ਕੰਮ ਵੱਡੇ ਪੱਧਰ ਤੇ ਧਰਨੇ ਹੁੰਦੇ ਹੈਗੀ ਹੁਣ ਜਿਵੇਂ ਤੁਹਾਨੂੰ ਮੈਂ ਇੱਕ ਪਰਿਵਾਰ ਦੀ ਘਟਨਾ ਦਿਖਾਈ ਆ ਥੋੜੇ ਦਿਨਾਂ ਦੀ ਗੱਲ ਆ ਜਿਹੜਾ ਮਸਲਾ ਹੱਲ ਕਰਾਇਆ ਉਸ ਤੋਂ ਪਿੱਛੇ ਦੋ ਤਿੰਨ ਕੇਸ ਆ ਜਿਹੜੇ ਮੁਹੱਲੀ ਦੇ ਵਿੱਚ ਅਸੀਂ ਪਿਛਲੇ ਡੇਢ ਮਹੀਨੇ ਦੇ ਵਿੱਚ ਪੰਜ ਚਾਰ ਕੇਸ ਇਹ ਹੱਲ ਕਰਾ ਕੇ ਲਿਆਂਦੇ ਆ ਜਿਨ੍ਹਾਂ ਦਾ ਪੈ ਦਾ ਆਮ ਸੁਨੇਹਾ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਯਾਰ ਜਦੋਂ ਤੁਸੀਂ ਪੈਸਾ ਲਾਉਣਾ ਪਹਿਲਾਂ ਤਾਂ ਪੜਤਾਲ ਕਰੋ ਏਜੰਟ ਦੀ ਫਿਰ ਉਹਦੇ ਤੇ ਕੋਈ ਐਗਰੀਮੈਂਟ ਕਰੋ ਸ਼ਰਤ ਲਿਖੋ ਵੀ ਭਾਈ ਜੇ ਤੂੰ ਸਾਡਾ ਬੱਚਾ ਨਾ ਗਿਆ ਉਹਦੀ ਫਾਈਲ ਨਾ ਲੱਗੀ ਵੀਜ਼ਾ ਨਾ ਲੱਗਿਆ ਤੇ ਉਹਦੀ ਪਰਪਾਈ ਕਿੰਨੀ ਕਰੇਗਾ ਤੂੰ ਜਾਂ ਅਸੀਂ ਇਹਨਾਂ ਦੇਵਾਂਗੇ ਇਹਨਾਂ ਦੇ ਸਕਦੇ ਆ ਇਹ ਨਾ ਕਹੋ ਪੀ ਸਾਡਾ ਏਜੰਟ ਨੇ ਹਾਂ ਕਰਤੀ ਸਾਡਾ ਬੱਚਾ ਬਸ ਇੱਕ ਵਾਰਾਂ ਜਾ ਆਜ ਉਤਰਦੇ ਉੱਥੇ ਜਾ ਕੇ ਉੱਥੇ ਜਾ ਕੇ ਕਿਹੜਾ ਧੱਗਾ ਲੱਗੀਆਂ ਬਈ ਮੇਰੇਆ ਇਹੋ ਜੇ ਮੌਸਮ ਦੇ ਵਿੱਚ ਉੱਥੇ ਵੀ ਕੰਮ ਮਿਲ ਰਿਆ ਠੰਡ ਪੈ ਰਹੀ ਐ ਖਰਚੇ ਇਧਰੋਂ ਜਾ ਰਹੇ ਆ ਉਧਰੋਂ ਜਿਹਦੀ ਸਾਰੀ ਜ਼ਮੀਨ ਔਰ ਰਿਣੀ ਚਿਣੀ ਪੂੰਜੀ ਸਾਰੀ ਉਹਦੇ ਤੇ ਲਾਤੀ ਉਧਰੋਂ ਉੱਥੇ ਕੰਮ ਨਾ ਮਿਲਿਆ ਉਧਰੋਂ ਜਾ ਤੁਸੀਂ ਮਾੜੇ ਕੋਈ ਏਜੰਟ ਦੀ ਭੇੜ ਚੜ ਕੇ ਉਹਨੇ ਸਾਨੂੰ ਨਿਆਣ ਨਹੀਂ ਲੱਗਣ ਦਿੱਤਾ ਹੁਣ ਮੈਂ ਸਾਨੂੰ ਦੱਸਿਆ ਵੀ ਆਮ ਤੌਰ ਤੇ ਇਹ ਮੂੰਹ ਪੈ ਰਿਆ ਇਹ ਸਾਡੇ ਲੋਕਾਂ ਨੂੰ ਆਧਿਆਂ ਪਹਿਲਾਂ ਤੁਸੀਂ ਸਕੇਤ ਹੋ ਏਜੰਟਾਂ ਤੱਕ ਤਾਂ ਫੇਰ ਹੁਣ ਕੀ ਹੈ ਉਹ ਸਾਲ ਭਰ ਪੈਸਾ ਵਰਤ ਕੇ ਮੁੜ ਕੇ ਕਹਿੰਦੇ ਯਾਰ ਛੀ ਤੋਂ ਪੰਜ ਲੈ ਲੈ ਸਾਡੇ ਲੋਕ ਕੀ ਕਰਦੇ 40 ਹਜ਼ਾਰ ਆਉਣ ਦੇ ਜਾਂਦੇ ਚੋਰ ਦੀ ਪਾਕੀ ਸੀ ਪੰਜ ਐ ਨਹੀਂ ਸੋਚਦੇ ਵੀ ਇਹਦਾ ਉਹਨਾਂ ਨੂੰ ਰਾਹ ਬਣਾ ਰਹੇ ਨੇ ਲੁੱਟ ਦਾ ਉਹਨਾਂ ਨੂੰ ਮੂੰਹ ਪੈ ਰਿਆ ਵੀ ਯਾਰ 6 ਲੱਖ ਰੁਪਇਆ ਫੜਿਆ ਉਹਨੂੰ ਸਾਲ ਭਰ ਵਰਤ ਲਿਆ ਤੇ ਸਾਲ ਭਰ ਚੋਂ ਲੱਖ ਰੁਪਇਆ ਫੇਰ ਕਾਟ-ਕਟ ਕੇ ਦਿੱਤਾ ਜਾਂ ਡੇਢ ਕਿੰਨੇ ਕ ਤੋਂ ਲੈਂਦੇ ਹੋਣਗੇ ਆਏ ਹਨ ਮੈਨਾਂ ਤਾਂ ਪਤਾ ਹੀ ਨਹੀਂ ਕਿੰਨੇ ਕ ਜਿਹੜਿਆਂ ਨੂੰ ਵਿਚਾਰਿਆਂ ਨੂੰ ਅਜੇ ਮਤਲਬ ਕਿ ਸਾਹਮਣੇ ਹੀ ਨਹੀਂ ਆ ਰਹੇ ਲੋਕਾਂ ਮੈਂ ਤਾਂ ਦਾ 70 ਤੋਂ 80% ਆ ਜਿਵੇਂ ਹਾਲਾਤ ਆਪਾਂ ਦੇਖ ਰਹੇ ਆ ਇਹ ਇੱਕ ਵੱਡੀ ਲੁੱਟ ਹੈ ਤਾਂ ਇਹ ਤਾਂ ਦੂਸਰਾ ਰਸਤਾ ਚੱਲ ਪਿਆ ਲੋਕਾਂ ਨੂੰ ਲੁੱਟਣ ਦਾ ਇਸ ਕਰਕੇ ਪੰਜਾਬੀਆਂ ਨੂੰ ਆਦੇ ਆ ਇਸ ਲੁੱਟ ਤੋਂ ਬਚਣ ਵਾਸਤੇ ਪੂਰੀ ਤਰ੍ਹਾਂ ਚੌਕਸੀ ਦੇ ਨਾਲ ਲੋਕਾਂ ਦੂਸਰਾ ਰਾਹ ਨਾ ਤੁਰੋ ਲੁੱਟ ਦਾ ਤਾਂ ਕਿ ਇਹ ਲੋਕ ਲੁੱਟ ਕਰਨ ਪਹਿਲਾਂ ਹੀ ਸਰਕਾਰਾਂ ਸਾਨੂੰ ਤਾਂ ਲੁੱਟੀ ਜਾਂਦੀਆਂ ਪਹਿਲਾਂ ਹੀ ਸਾਨੂੰ ਤਾਂ ਖੋਖਲਾ ਕਰਤਾ ਸਭ ਕੁਝ ਸਾਡਾ ਖਾਲਿਆ ਤੇ ਹੁਣ ਆਪਾਂ ਕਹਿ ਦਿਆਂਗੇ ਵੀ ਰਿਣੀ ਚਣੀ ਵੇਚ ਕੇ ਲਾਤੀ ਮੁੜ ਕੇ ਆਪ ਨੂੰ ਸਾਲ ਬਾਅਦ ਕਹਤਾ ਇੰਨੇ ਲੈ ਲਾ ਤੇ ਲੈ ਲਾਂਗੇ ਤੇ ਘਰ ਬਰਬਾਦ ਹੋਊਗੇ ਉਹਦੀ ਪਰਭਾਈ ਕੌਣ ਕਰੂਗਾ ਇੱਕ ਇਸ ਕਰਕੇ ਆਦਿਆਂ ਜਿਹੜੀ ਆਮ ਲੋਕਾਂ ਦੀ ਸਰਕਾਰ ਆਈ ਆਮ ਘਰ ਦਾ ਮੁੰਡਾ ਬੈਠਾ ਜਿਹੜਾ ਮੁੱਖ ਮੰਤਰੀ ਉਹਨੂੰ ਵੀ ਸਨੇਹਾ ਦਿੰਨੇ ਆ ਵੀ ਆਸ ਪਾਸੇ ਵੀ ਧਿਆਨ ਮਾਰ ਲਓ ਮੁਹਾਲੀ ਚੰਡੀਗੜ੍ਹ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ ਬਠਿੰਡਾ ਹੋ ਗਿਆ ਜਾਂ ਬਰਨਾਲਾ ਸੰਗਰੂਰ ਹੋ ਗਿਆ ਜਾਂ ਵੱਡੇ ਸ਼ਹਿਰਾਂ ਚੰਪਰਸਰ ਹੋ ਗਿਆ ਜਿੱਥੇ ਏਜੰਟ ਬੈਠੇ ਐ ਜਿਹੜੇ ਆ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਆ ਤੁਸੀਂ ਤਾਂ ਆਦੇ ਅਸੀਂ ਆਮ ਲੋਕਾਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੂੰ ਬਚਾਉਣ ਆਏ ਹੋ ਫਿਰ ਇੱਧਰ ਝਾਤੀ ਮਾਰ ਲੋ ਜਿਹੜੇ 2-2 ਸਾਲ ਸਾਲ-ਸਾਲ ਪੈਸਾ ਵਰਤ ਕੇ ਕਹਿ ਦਿੰਦੇ ਐ ਇੰਨੇ ਲੈ ਲੈ ਲੈਣੇ ਆ ਤਾਂ ਨਹੀਂ ਜਾਵੜਾ ਕਰ ਲਾ ਜਿਹੜਾ ਕੁਝ ਕਰਨਾ ਕਟਾ ਦੇ ਪਰਚਾ ਅਸੀਂ ਤਾਂ ਇੰਨੇ ਦੇਣੇ ਆ ਨਹੀਂ ਲੱਗੀ ਫੈਲ ਤੇ ਵੀ ਉਹਨਾਂ ਵੱਲ ਵੀ ਝਾਤ ਮਾਰ ਲੋ ਜਿਹੜੇ ਲੋਕ ਜ਼ਮੀਨਾਂ ਵੇਚਤੀਆਂ ਜਿਨ੍ਹਾਂ ਨੇ ਆਪਦਾ ਸਭ ਕੁਝ ਘਰ ਵੇਚਤੇ ਭਾਂਡੇ ਵੇਚਤੇ ਆਪਦੇ ਸਭ ਕੁ ਦਾ ਦਾਤੇ ਲਾਤਾ ਜਿਵੇਂ ਉਹ ਐਂ ਕਹਿ ਰਹੇ ਨੇ ਵੀ ਕਰਾਲਾ ਪਰਚਾ ਕੀ ਲੱਗਦਾ ਵੀ ਉਹਨਾਂ ਨੂੰ ਪਤਾ ਹੀ ਆ ਵੀ ਸਾਡਾ ਕਿਹੜਾ ਕੁਝ ਹੋਣਾ ਬਿਲਕੁਲ ਪਤਾ ਉਹਨਾਂ ਨੂੰ ਬਿਲਕੁਲ ਪਤਾ ਤੁਸੀਂ ਤੁਸੀਂ ਜਿਹੜਾ ਏਜੰਟਾ ਉਹਨੂੰ ਤੁਸੀਂ ਕਹਿ ਦਿਓ ਵੀ ਇਹ ਡਾਂ ਫੜ ਕੇ ਅੰਦਰ ਦੇ ਦੇ ਏਜੰਟ ਨੂੰ ਜੇ ਪ੍ਰਸ਼ਾਸਨ ਦੇ ਗਿਆ ਤਾਂ ਕਹਦੀ ਕੋਟਕਪੂਰੇ ਪਿਛਲੇ 2022 ਦੀ ਘਟਨਾ ਦੱਸਦੇ ਆ ਤੁਹਾਨੂੰ ਅਸੀਂ ਬੱਚੇ ਦਾ ਗਏ ਵੀ ਵੀਜ਼ਾ ਲੱਗ ਜੇ ਉਹਨੂੰ 10 ਦਿਨਾਂ ਦਾ ਟਾਈਮ ਵੀ ਦਿੱਤਾ ਠੀਕ ਹੈ ਉਹਨੇ ਨਾਂ ਲਾਇਆ ਐਂਡ ਤੇ ਅਸੀਂ ਗਏ ਵੀ ਉਹਦੇ ਡਾਕੂਮੈਂਟ ਵੀ ਬੱਚੇ ਦੇ ਉਹਦੇ ਕੋਲੇ ਪਾਏ ਸਾਰੇ ਡਾਕੂਮੈਂਟ ਏਜੰਟ ਕੋਲੇ ਆਦਾ ਮੈਂ ਡਾਕੂਮੈਂਟ ਵੀ ਨਹੀਂ ਦਿੰਦਾ ਜਦੋਂ ਅਸੀਂ ਗਏ ਵੀ ਤੂੰ ਫੈਲਤਾ ਨਹੀਂ ਲਾਉਣੀ ਤੂੰ ਡਾਕੂਮੈਂਟ ਤਾਂ ਦੇ ਦੇ ਇਹਨਾਂ ਦਾ ਸਰਟੀਫਿਕੇਟ ਵਾਪਸ ਕਰ ਇਹਨਾਂ ਦਾ ਪੈਸਾ ਵਾਪਸ ਕਰ ਜਦੋਂ ਉੱਥੇ 50000 ਰੁਪਏ ਦਾ ਚੱਕਰ ਬਣ ਗਿਆ ਆਦਾ ਮੈਂ ਤਾਂ ਮੋੜਦਾ ਨਹੀਂ ਸਾਨੂੰ ਬਕਾਇਦਾ ਉੱਥੇ ਛੜਕ ਜਾਮ ਕਰਨੀ ਪਈ ਜੇਠ ਹੜ ਦੇ ਮਹੀਨੇ 40 ਮਿੰਟ ਛੜਕਤੇ ਬੈਠੇ ਪੁਲਿਸ ਆਈ ਸਿਟੀ ਥਾਣਾ ਨੇੜੇ ਸੀਗਾ ਆ ਕੇ ਆਦੇ ਕਿਵੇਂ ਬੈਠੇ ਹੋ ਸੜਕ ਜਾਮ ਕਰਤੀ ਆ ਕਾਨੂੰਨ ਦੀ ਉਲੰਘਣਾ ਕਰਤੀ ਆ ਲੋਕਾਂ ਨੂੰ ਗੱਲ ਸਮਝਾਈ ਜਦੋਂ ਜਾਮ ਲਾਇਆ ਵੀ ਭਰਾਵੋ ਆਹ ਮਸਲਾ ਛੋਟੇ ਵੀ ਬੱਚਿਆਂ ਦਾ ਮਸਲਾ ਬਣ ਸਕਦਾ ਸਾਡੇ ਨਾਲ ਲੋਕਾਂ ਨੇ ਐਗਰੀ ਕੀਤਾ ਵੀ ਯਾਰ ਕੋਈ ਨਹੀਂ ਲੱਗ ਜਾਂਦਾ ਜਾਮ ਅਸੀਂ ਖੜੇ ਆ ਪਰ ਇਹ ਬੱਚੇ ਦਾ ਮਸਲਾ ਹੱਲ ਹੋ ਜੇ ਪੁਲਿਸ ਆਈ ਉਲਟਾ ਸਾਨੂੰ ਕਹਿਣ ਲੱਗੇ ਤੁਸੀਂ ਜਾਮ ਲਾਇਆ ਤੁਸੀਂ ਐ ਕੀਤਾ ਸੀ ਆਖਿਆ ਪਹਿਲਾਂ ਉਹ ਠੱਗ ਨੂੰ ਫੜੋਕ ਜਿਹਨੇ ਲੁੱਟ ਲਿਆ ਜਿਹਨੇ ਘਰ ਬਰਬਾਦ ਕਰਤਾ ਤੇ ਬਾਈ ਜੀ ਪੂਰਾ ਜਦੋ ਜੱਦੀ ਤੋਂ ਬਾਅਦ ਉਹਨੂੰ ਸੱਦਿਆ ਵੀ ਚੱਲ ਆ ਜਾ ਯਾਰ ਮਗਰ ਤੇਰਾ ਨਮੇੜ ਗਈ ਠੀਕ ਆ ਫੇਰ ਸਭ ਕੁਝ ਵਾਪਸ ਕਰਾਇਆ ਇੰਨੀ ਜ਼ਰਤ ਨਹੀਂ ਵੀ ਪਰਚਾ ਹੋ ਜਾਊਗਾ ਪਰਚਾ ਕੱਟ ਦੇਣਗੇ ਤੇ ਜੇ ਕੱਟਣਗੇ ਤਾਂ ਮਾੜਾ ਮੋਟਾ ਕੱਟਦੇ ਐ ਵੀ ਮਹੀਨੇ ਵੀ ਦਿਨਾਂ ਚ ਬਾਹਰ ਆ ਜਾਣ ਤੂੰ ਕੱਟਦੇ ਕਿਉਂ ਨਹੀਂ ਕੀ ਲੱਗਦਾ ਵੀ ਕਾਦੀ ਚੇਪ ਆ ਫੇਰ ਇਹੀ ਆ ਵੀ ਮਹੀਨੇ ਜਾਂਦੇ ਆ ਸਰਕਾਰਾਂ ਤੱਕ ਜਾਂਦੇ ਆ ਇਹੀ ਆ ਇਹ ਥੱਲੇ ਇਹ ਤਾਂ ਬਾਲੀ ਵੱਡੀ ਲੁੱਟ ਆ ਯਾਰ ਇਹ ਤਾਂ ਇਹ ਸਰਕਾਰਾਂ ਤੱਕ ਹੀ ਮੰਨਿੰਗੇ ਫਿਰ ਜਦੋਂ ਸਰਕਾਰਾਂ ਝਾਕ ਨਹੀਂ ਰਹੀਆਂ 20 ਮਹੀਨਾ 20 ਦਿਨ ਉਹਦਾ ਜੇਲ੍ਹ ਚ ਲਾਉਣਾ ਕੀ ਉਹ ਪਰਿਵਾਰ ਦਾ ਮਸਲਾ ਹੱਲ ਹੋ ਜੂ ਜਿਹਦੀ ਜ਼ਮੀਨ ਵੇਚੀ ਉਹਦਾ ਪੈਸਾ ਮੁੜ ਗਿਆ ਜਿਹਦਾ ਘਰ ਵੇਚ ਗਿਆ ਉਹਦਾ ਘਰ ਆ ਗਿਆ ਉਹਦੀ ਜ਼ਮੀਨ ਆ ਗਈ ਉਹਦੇ ਬੱਚੇ ਦਾ ਭਵਿੱਖ ਜਿਹੜਾ ਬਰਬਾਦ ਹੋ ਗਿਆ ਉਹ ਉਹ ਉਹਦੇ ਚ ਸੁਧਾਰ ਆ ਗਿਆ ਉਹਨੂੰ ਰਜਗਾਰ ਮਿਲ ਗਿਆ ਨਹੀਂ ਇਸ ਕਰਕੇ ਇਹਦਾ ਜਾਂਦਾ ਹੋਵੇ ਵੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਇਹਨਾਂ ਦੀ ਵੀ ਪ੍ਰਾਪਰਟੀ ਜ਼ਬਤ ਕਰੋ ਇਹਨਾਂ ਦੇ ਜ਼ਮੀਨਾਂ ਜੋ ਜੋ ਕੁਝ ਵੀ ਆ ਉਹ ਜ਼ਬਤ ਕਰਕੇ ਜੋ ਕੋਨੇ ਵਿਆਜ ਸਮੇਤ ਉਹਦੇ ਪੈਸੇ ਪਰਭਾਈ ਕਰੋ ਤੇ ਜਿਹੜਾ ਬੱਚੇ ਦਾ ਸਾਲ ਭਰਦਾ ਇਹ ਮਤਲਬ ਕਿ ਰਜਗਾਰ ਆ ਜਿਹੜਾ ਖਤਮ ਕਰਦੇ ਆ ਕੈਰੀਅਰ ਉਹਦੀ ਪਰਭਾਈ ਕਰਾਉਣ ਫੇਰ ਤਾਂ ਨੱਥ ਪੈ ਸਕਦੀ ਐ ਤੇ ਨਹੀਂ ਵਰਨਾ ਇਹ ਚੀਜ਼ ਦਾ ਜਿਵੇਂ ਜਿਸ ਤਰ੍ਹਾਂ ਫੈਲ ਰਿਹਾ ਬਹੁਤ ਗੰਭੀਰ ਮਸਲਾ ਇਹ ਤੇ ਪੰਜਾਬ ਦੇ ਲੋਕਾਂ ਨੂੰ ਆਦੇ ਆ ਵੀ ਐਵੇਂ ਕਿਲਾ ਕਿਲਾ ਡੇਡ ਡੇਡ ਕਿਲਾ ਵੇਚ ਕੇ ਭਰਾਵੋ ਜ਼ਮੀਨਾਂ ਇੱਥੋਂ ਖੜਾ ਛਡਾਉਣ ਚ ਵੀ ਤੁਸੀਂ ਆਦਿਆਂ ਖਣੀ ਉੱਥੇ ਜਾ ਕੇ ਸੁਧਾਰ ਹੋ ਜੂਗਾ ਨਹੀਂ ਹੋਣਾ ਵੀਰੋ ਆਪਦੀਆਂ ਜ਼ਮੀਨਾਂ ਨਾ ਵੇਚੋ ਆਪ ਦਾ ਘਰ-ਬਾਰ, ਦਾਤ ਤੇ ਜ਼ਮੀਨਾਂ ਨਾ ਲਾਓ। ਜਿਹੜਾ ਢੂੜ ਕਿਲਾ, ਦੂੜ ਕਿਲਾ ਸਾਨੂੰ ਆਮਦਨ ਦਿੰਦੀ ਆ ਉਹਨੂੰ ਵੀ ਵੇਚ ਕੇ ਭੱਜੇ ਜਾਂਦੇ ਆ ਤੇ ਮੁੜ ਕੇ ਇੱਧਰ ਏਜੰਟਾਂ ਦੀ ਭੇਡ ਚੜ ਜਾਂਦੇ ਆ। ਕਈ ਕੈਨੇਡਾ ਅਮਰੀਕਾ ਦੇ ਵਿੱਚ ਰੋਜ਼ਗਾਰ ਨਹੀਂ ਮਿਲਦਾ ਉੱਧਰ ਲਈ ਭੇਡ ਚੜ ਜਾਂਦੇ ਆ ਤੇ ਆਪ ਦਾ ਪੰਜਾਬ ਨੂੰ ਖਤਮ ਨਾ ਕਰੋ ਇਹ ਅਪੀਲ ਕਰਦੇ ਆ ਵੀ ਜੇ ਕੋਈ ਵਕਾਈ ਜਾਣਾ ਚਾਹੁੰਦਾ ਉਹ ਏਜੰਟਾਂ ਦੇ ਰਾਹੀਂ ਪੜਤਾਲ ਕਰਕੇ ਉਹਦੇ ਨਾਲ ਕੋਈ ਐਗਰੀਮੈਂਟ ਕਰਕੇ ਲਿਖਤ ਕਰਕੇ ਜਦੋਂ ਉਹ ਛੋੜੇ ਹੱਥ ਵੱਡ ਲੈਂਦੇ ਆ ਉਹ ਸੋਡੇ ਨਾਲ ਐਗਰੀਮੈਂਟ ਕਰਦੇ ਆਂ, ਸਟਾਮਪ ਭਰਦੇ ਆਂ ਵੀ ਆਏ ਆ ਫਲਾਨਾ ਤੇ ਹੁਣ ਕਾ ਆਪਦੇ ਚੈੱਕ ਦੇ ਤੇ ਤੁਸੀਂ ਵੀ ਜਦੋਂ ਇੰਨਾ ਪੈਸਾ ਦੇਣਾ ਉਹਦਾ ਕੁਝ ਤਾਂ ਲਿਖਤ ਕਰੋ। ਕੱਲ ਨੂੰ ਤੁਸੀਂ ਪ੍ਰੂਫ ਤਾਂ ਹੋਵੇ ਲੜਦੇ ਤਾਂ ਰਹੋ ਕੋਈ ਕੋਰਟ ਦੇ ਵਿੱਚ ਕੇਸ ਤਾਂ ਦਾਇਰ ਕਰਨ ਵਾਲੇ ਹਾਂ, ਕੋਈ ਐਫਆਈ ਕੋਈ ਪਰਚਾ ਤਾਂ ਦਰਜ ਕਰਾ ਸਕੋ। ਇਸ ਕਰਕੇ ਸੋਡੇ ਮਾਧਿਅਮ ਰਹੀ ਭਰਾਵਾ ਇਹ ਅਪੀਲ ਕਰਦੇ ਆਂ ਨੌਜਵਾਨਾਂ ਨੂੰ ਵੀ ਤੇ ਗਾਂ ਉਹਨਾਂ ਦੇ ਜਿਹੜੇ ਮਾਪੇ ਆਗੇ ਸਾਡੇ ਮਾਪਿਓ ਨੂੰ ਵੀ ਇਹ ਅਪੀਲ ਕਰਦੇ ਆਂ। ਵੀ ਇਹ ਤਾਂ ਹੈ ਨਹੀਂ ਕੈਨੇਡਾ ਦੀ ਹਵਾਈ ਜਹਾਜ਼ ਦੇ ਉਤਰਾਂਗੇ ਜਦੋਂ ਅੱਡੇ ਦੇ ਉੱਤੇ ਉੱਥੇ 에어ਪੋਰਟ ਤੇ ਜੇ ਕੋਈ ਧੱਗ ਲੱਗੀ ਪਈ ਆ ਵੀ ਜਾ ਕੇ ਉੱਥੇ ਪੈਸੇ ਗੱਟੇ ਭਰ ਕੇ ਤੇ ਆਏ ਨੂੰ ਭੇਜ ਦੇਣੇ ਆ ਇਹ ਉੱਥੇ ਕੁਛ ਨਹੀਂ ਵੀਰੇ ਉੱਥੇ ਵੀ ਮਿਹਨਤ ਨਹੀਂ ਹੋਣਾ ਠੀਕ ਹੈ ਇੱਥੇ ਸਾਡੇ ਸਿਸਟਮ ਹੈ ਨਹੀਂ ਉੱਥੇ ਇੰਨਾ ਮਾੜਾ ਮੋਟਾ ਕੋਈ ਸਿਸਟਮ ਹੋਊਗਾ ਉਹਨਾਂ ਨੂੰ ਵੀ ਆਏ ਆਉਣ ਦਿਓ ਉਹਨਾਂ ਦਾ ਵੀ ਪੈਸਾ ਬਣ ਰਿਹਾ ਵੀ ਵੀ 30-30 ਲੱਖ ਰੁਪਏ ਇੱਕ ਬੱਚੇ ਤੇ ਲਾ ਰਹੇ ਆ ਫੀਸਾਂ ਬਣ ਰਹੀਆਂ ਉਹ ਸਰਕਾਰਾਂ ਕਿਹੜਾ ਕੋਈ ਏਡੀਆਂ ਕੰਮਲੀਆਂ ਨਹੀਂ ਜਿਹੜੇ ਵੀਜੇ ਦੇ ਰਹਿਆਂ ਨੇ ਇਸ ਕਰਕੇ ਆ ਛੋਡੇ ਮਾਦੇ ਮਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਗੰਭੀਰ ਸੋਚਣ ਵਾਲੀ ਗੱਲ ਹੈ ਤੇ ਵੀ ਮੁੜ ਕੇ ਅਗਲਾ ਕਹਿੰਦਾ ਪੀ ਆਰ ਆ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਜਾਂਦਾ ਮਾਨਸਿਕ ਤੌਰ ਤੇ ਵੀ ਹੋ ਜਾਂਦਾ ਤੇ ਜਦੋਂ ਘਰੇ ਗਰੀਬੀ ਆ ਜੇ ਘਰੇ ਦਾਣੇ ਨਾ ਹੋਣ ਘਰੇ ਪੈਸਾ ਨਾ ਹੋਵੇ ਘਰੇ ਕੱਪੜਾ ਨਾ ਹੋਵੇ ਘਰੇ ਕੋਈ ਦਵਾਈ ਲਿਆਉਣ ਨੂੰ ਪੈਸਾ ਨਾ ਹੋਵੇ ਤੇ ਉਦੋਂ ਘਰ ਦੇ ਵਿੱਚ ਬਾਈ ਕਲੇਸ਼ ਪੈਂਦਾ ਫਿਰ ਤੇ ਉਦੋਂ ਪਰਿਵਾਰਕ ਤੌਰ ਤੇ ਵੀ ਨੁਕਸਾਨ ਹੁੰਦਾ ਤੇ ਇਹ ਅਪੀਲ ਕਰਨੀ ਸੀ ਤੁਹਾਡੇ ਮਾਧਿਅਮ ਰੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ